ਦੋਸਤੋ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ। ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ। ਸੋ ਖਬਰਾਂ ਬਹੁਤ ਸਾਰੀਆਂ ਇੱਧਰੋਂ ਉੱਧਰੋਂ ਸੁਣਨ ਨੂੰ ਮਿਲ ਜਾਂਦੀਆਂ, ਪਰ ਖਬਰ ਦੇ ਮਗਰ ਕੀ ਹੈ, ਅਸਲ ਸੱਚਾਈ ਕੀ ਹੈ, ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਗੱਲ ਕਰਦੇ ਹਾਂ ਆਪਾਂ ਬਕਰੀਦ ਵਾਲੇ ਦਿਨ ਦੀ, 17 ਜੂਨ ਨੂੰ। 17 ਜੂਨ ਨੂੰ ਐਕਸ ਦੇ ਉੱਪਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਅਤੇ ਬੜਾ ਰੌਲਾ ਪੈ ਜਾਂਦਾ ਗਾ, ਰੌਲਾ ਪੈ ਜਾਂਦਾ ਭਾਰਤ ਦੇ ਵਿੱਚ ਵੀ ਅਤੇ ਰੌਲਾ ਪੈ ਜਾਂਦਾ ਪਾਕਿਸਤਾਨ ਦੇ ਵਿੱਚ ਵੀ, ਕਿਉਂਕਿ ਭਾਰਤ ਦੀ ਗੁਜਰਾਤ ਦੇ ਵਿੱਚ ਬੰਦ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੱਲਬਾਤ ਕਰਦਾ ਪਾਕਿਸਤਾਨ ਦੇ ਇੱਕ ਵਿਅਕਤੀ ਨਾਲ, ਅਤੇ ਉਹ ਗੱਲਬਾਤ ਦੀ ਵੀਡੀਓ ਹੈ ਜਿਹੜੀ ਉਹ ਐਕਸ ਦੇ ਉੱਪਰ ਟਵਿੱਟਰ ਦੇ ਉੱਪਰ ਵਾਇਰਲ ਹੋ ਜਾਂਦੀ ਹੈ। ਸੋ ਵੀਡੀਓ ਵਾਇਰਲ ਹੋਣ ਤੋਂ ਬਹੁਤ ਜ਼ਿਆਦਾ ਰੌਲਾ ਪੈਂਦਾ, ਔਰ ਪਤਾ ਲੱਗਦਾ ਕਿ ਲਾਰੈਂਸ ਬਿਸ਼ਨੋਈ ਜਿਹੜਾ ਗੱਲਬਾਤ ਕਰ ਰਿਹਾ ਪਾਕਿਸਤਾਨ ਦੇ ਵਿੱਚ, ਉਹ ਬੰਦੇ ਦਾ ਨਾਂ ਹੈ ਸ਼ਹਿਜ਼ਾਦ ਭੱਟੀ। ਸੋ ਇਹ ਸ਼ਹਿਜ਼ਾਦ ਭੱਟੀ ਕੌਣ ਹੈ, ਬੜਾ ਵੱਡਾ ਸਵਾਲ ਖੜ੍ਹਾ ਹੋ ਗਿਆ ਲੋਕਾਂ ਦੇ ਵਿੱਚ, ਬੜੀ ਜਿਗਿਆਸਾ ਹੈ ਕਿ ਆਖਰ ਦੇ ਵਿੱਚ ਲਾਰੈਂਸ ਕਿਹਦੇ ਨਾਲ ਗੱਲ ਕਰ ਰਿਹਾ, ਜਿਹੜਾ ਸ਼ਹਿਜ਼ਾਦ ਭੱਟੀ ਨਾਲ ਗੱਲ ਕਰ ਰਿਹਾ ਉਹ ਹੈ ਕੌਣ। ਸੋ ਇਹ ਸ਼ਹਿਜ਼ਾਦ ਭੱਟੀ ਬਾਰੇ ਜੋ ਜਾਣਕਾਰੀ ਨਿਕਲ ਕੇ ਆਈ ਹੈ ਤੁਹਾਡੇ ਨਾਲ ਸਾਹਮਣੇ ਰੱਖਦੇ ਹਾਂ, ਜੋ ਕੁਝ ਸਾਡੇ ਸਾਹਮਣੇ ਆਇਆ ਗਾ। ਸੋ ਇਹ ਜਿਹੜਾ ਸ਼ਹਿਜ਼ਾਦ ਭੱਟੀ ਹੈ, ਇਹ ਪਾਕਿਸਤਾਨ ਦੇ ਵਿੱਚ ਜੁਰਮ ਦੀ ਦੁਨੀਆ ਦਾ ਬਾਦਸ਼ਾਹ ਮੰਨਿਆ ਜਾਂਦਾ। ਸੋ ਇਹਦੇ ਬਾਰੇ ਜੋ ਜਾਣਕਾਰੀ ਆ ਰਹੀ ਹੈ ਕਿ ਇਹ ਉੱਥੋਂ ਦੇ ਲੈਂਡ ਮਾਫੀਏ ਤੋਂ ਲੈ ਕੇ ਅੰਡਰਵਰਲਡ ਤੱਕ ਇਹਦੇ ਬੜੇ ਵੱਡੇ ਲਿੰਕ ਨੇਗੇ, ਬੜਾ ਵੱਡਾ ਵੱਡੇ ਵੱਡੇ ਸਰਗਣਿਆਂ ਦੇ ਨਾਲ ਇਹਦਾ ਬੈਠਣਾ ਉੱਠਣਾ ਗਾ। ਹਾਲਾਂਕਿ ਪਾਕਿਸਤਾਨ ਦੇ ਵਿੱਚ ਸ਼ਹਿਜ਼ਾਦ ਭੱਟੀ ਨੂੰ ਬੈਨ ਕੀਤਾ ਹੋਇਆ ਗਾ, ਅਤੇ ਇਹਦਾ ਜਿਹੜਾ ਇੰਸਟਾਗ੍ਰਾਮ ਹੈ ਜਿਹਦੇ ਉੱਪਰ ਇਹਨੇ ਗੱਲਬਾਤ ਉਹ ਪਾਈ ਹੈ ਆਪਣੀ ਵੀਡੀਓ, ਜਦੋਂ ਉਹਨੂੰ ਫਰੋਲ ਫਰਾਲ ਕੇ ਦੇਖਿਆ ਜਾਂਦਾ ਹੈ ਤਾਂ ਇਹਦੇ ਨਾਲ ਇੱਕ ਹੋਰ ਵਿਅਕਤੀ ਹੈ ਜਿਹਦਾ ਨਾਂ ਹੈ ਫਰੂਕ ਖੋਖਰ ਇਹਦੇ ਨਾਲ ਦੇਖਿਆ ਜਾਂਦਾ ਗਾ। ਸੋ ਇਹ ਜਿਹੜਾ ਫਰੂਕ ਖੋਖਰ ਹੈ ਇਹ ਵੀ ਪਾਕਿਸਤਾਨ ਦੇ ਬਲੋਚਿਸਤਾਨ ਦੇ ਸੂਬੇ ਦਾ ਰਹਿਣ ਵਾਲਾ ਗਾ ਅਤੇ ਬੜਾ ਵੱਡਾ ਨਾਮੀ ਗੈਂਗਸਟਰ ਹੈ। ਇਹਦਾ ਵੀ ਜੁਰਮ ਦੀ ਦੁਨੀਆ ਦਾ, ਜੇ ਕਹਿ ਸਕਦੇ ਹਾਂ ਪਾਕਿਸਤਾਨ ਦੇ ਵਿੱਚ ਜੁਰਮ ਦੀ ਦੁਨੀਆ ਦੇ ਦੋਵੇਂ ਇਹ ਬਾਦਸ਼ਾਹ ਮੰਨੇ ਜਾਂਦੇ ਹੈਗੇ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂਗੇ ਫਰੂਕ ਖੋਖਰ ਅਤੇ ਸ਼ਹਿਜ਼ਾਦ ਭੱਟੀ ਵੱਡੇ ਸਰਗਣੇ ਪਾਕਿਸਤਾਨ ਦੇ ਵਿੱਚ ਮੰਨੇ ਜਾਂਦੇ ਆ ਜਿਹੜੇ ਜੁਰਮ ਦੀ ਦੁਨੀਆ ਦੇ। ਸੋ ਇਹ ਇਹਨਾਂ ਦੀਆਂ ਜਿਹੜੀਆਂ ਇੰਸਟਾਗ੍ਰਾਮ ਹੈ ਜਾਂ ਹੋਰ ਇਹਨਾਂ ਦੀਆਂ ਵੀਡੀਓ ਆ ਜੋ ਮਿਲਦੀਆਂ ਨੇ, ਉਹਦੇ ਵਿੱਚ ਦੋਨੇ ਵੱਡੇ ਵੱਡੇ ਕਾਫਲਿਆਂ ਦੇ ਵਿੱਚ ਰਾਈਫਲਾਂ ਵਾਲਿਆਂ ਦੇ ਨਾਲ ਘੁੰਮਦੇ ਫਿਰਦੇ ਦਿਖਾਈ ਦੇ ਰਹੇ ਨੇ। ਹੁਣ ਪਾਕਿਸਤਾਨ ਦੇ ਤਾਂ ਵਿੱਚ ਬੈਨ ਹੈ ਅਤੇ ਕਿਹਾ ਜਾਂਦਾ ਵੀ ਇਹ ਬਲੋਚਿਸਤਾਨ ਦਾ ਉਹ ਇਲਾਕਾ ਜਿਹੜਾ ਉੱਧਰੋਂ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਦਰਮਿਆਨ ਪੈਂਦਾ ਗਾ, ਜਿੱਥੇ ਕਿ ਨਾ ਪਾਕਿਸਤਾਨ ਦੀ ਆਰਮੀ ਦਾ ਉਸ ਇਲਾਕੇ ਦੇ ਉੱਪਰ ਕਬਜ਼ਾ, ਨਾ ਕੋਈ ਉਹਨਾਂ ਦਾ ਡਰ ਪਾਉ ਅਤੇ ਨਾ ਹੀ ਅਫਗਾਨਿਸਤਾਨ ਵਾਲੀ ਪਾਸੋਂ ਕੋਈ ਡਰ ਪਾਉ ਆ। ਸੋ ਉੱਥੇ ਬੜੇ ਵੱਡੇ ਵੱਡੇ ਕਬੀਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਰਹਿੰਦੇ ਆ, ਅਤੇ ਜਿਹੜੇ ਉੱਥੋਂ ਆਪਣਾ ਕ੍ਰਾਈਮ ਦਾ ਇੱਕ ਬਹੁਤ ਵੱਡਾ ਨੈੱਟਵਰਕ ਆ ਜਿਹੜਾ ਚਲਾ ਰਹੇ ਆ। ਸੋ ਇਹਨਾਂ ਦੇ ਬਾਰੇ ਵੀ ਪਤਾ ਲੱਗਿਆ ਕਿ ਇਹ ਵੀ ਉੱਥੋਂ ਬੈਠ ਕੇ ਆਪਣਾ ਜਿਹੜਾ ਕ੍ਰਾਈਮ ਦਾ ਵੱਡਾ ਕਾਰੋਬਾਰ ਆ ਇਹ ਕਰ ਰਹੇ ਨੇਗੇ। ਸੋ ਇਹ ਵੀ ਪਤਾ ਲੱਗਿਆ ਕਿ ਇਹ ਦੁਬਈ ਦੇ ਵਿੱਚ ਵੀ ਕੁਝ ਵੀਡੀਓ ਆਉਂਦੀਆਂ ਵੀ ਉੱਥੇ ਵੀ ਇਹ ਘੁੰਮਦੇ ਫਿਰਦੇ ਦਿਖਾਈ ਦੇ ਰਹੇ ਆ। ਸੋ ਇਹਨਾਂ ਬਾਰੇ ਬਹੁਤੀ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਇਹ ਮਿਡਲ ਈਸਟ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਰਹਿ ਰਹੇ ਨੇ। ਹਾਲਾਂਕਿ ਕਿਹਾ ਜਾਂਦਾ ਵੀ ਜਿਹੜਾ ਸ਼ਹਿਜ਼ਾਦ ਭੱਟੀ ਹੈ ਇਹਨੇ ਕਿਸੇ ਹੋਰ ਮੁਲਕ ਦੀ ਨਾਗਰਿਕਤਾ ਵੀ ਲਈ ਹੋਈ ਹੈ। ਤੋ ਇਸੇ ਤਰ੍ਹਾਂ ਹੀ ਜਿਹੜਾ ਫਰੂਕ ਖੋਖਰ ਹੈ ਉਹਦੇ ਵੀ ਕਈ ਬਾਹਰਲੇ ਮੁਲਕਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਸੰਬੰਧ ਨੇ। ਮਿਡਲ ਈਸਟ, ਸਾਊਦੀ ਅਰਬ, ਕਤਰ, ਇਹਦੇ ਵਿੱਚ ਆਪਾਂ ਕਹਿੰਦੇ ਹਾਂ ਸੰਯੁਕਤ ਰਾਜ ਅਮੀਰਾਤ, ਜਿਹੜਾ ਅਮੀਰਾਤ ਆ, ਅਰਬ ਦੀਆਂ ਜਿਹੜੀਆਂ ਕੰਟਰੀਆਂ ਨੇਗੀਆਂ ਸੀਰੀਆ ਤੱਕ। ਸੋ ਇੱਧਰ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦਾ ਕਾਫੀ ਇੱਕ ਤਰ੍ਹਾਂ ਦੇ ਨਾਲ ਨੈੱਟਵਰਕ ਆ ਉਹ ਬਣਿਆ ਹੋਇਆ ਗਾ। ਸੋ ਇਹ ਜਿਹੜਾ ਸ਼ਹਿਜ਼ਾਦ ਭੱਟੀ ਹੈ ਇਹਦੇ 'ਤੇ ਬਹੁਤ ਸਾਰੇ ਮੁਕੱਦਮੇ ਪਾਕਿਸਤਾਨ ਦੇ ਵਿੱਚ ਦਰਜ ਨੇਗੇ, ਅਤੇ ਇਹ ਵੀ ਕਿਹਾ ਜਾਂਦਾ ਵੀ ਇਹਨੇ ਕਿਸੇ ਹੋਰ ਮੁਲਕ ਦੇ ਵਿੱਚ ਜਿਹੜੀ ਉਹ ਨਾਗਰਿਕਤਾ ਉਹ ਲਈ ਹੋਈ ਹੈਗੀ।
ਅਤੇ ਹੁਣ ਜਦੋਂ ਵੀਡੀਓ ਬਾਹਰ ਆਉਂਦਾ ਜਿਹਦੇ ਵਿੱਚ ਲਾਰੈਂਸ ਜਿਹੜਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਨਾਲ ਵੀਡੀਓ ਕਾਲ 'ਤੇ ਉਹਨੂੰ ਜਿਹੜਾ ਹੈਗਾ ਈਦ ਦੀਆਂ ਮੁਬਾਰਕਾਂ ਦਿੰਦਾ ਅਤੇ ਉਹ ਤੋਂ ਬਾਅਦ ਇਹ ਪਾਕਿਸਤਾਨੀ ਕਨੈਕਸ਼ਨ ਹੈ ਜਿਹੜਾ ਉਹ ਸਾਹਮਣੇ ਆ ਜਾਂਦਾ। ਹਾਲਾਂਕਿ ਇਹ ਵੀ ਗੱਲ ਹੈ ਵੀ ਜਿਹੜੀਆਂ ਸੈਂਟਰਲ ਜੇਲ੍ਹਾਂ ਨੇਗੀਆਂ ਉਹਦੇ ਵਿੱਚ ਵੱਡੇ ਵੱਡੇ ਜੈਮਰ ਲੱਗੇ ਹੁੰਦੇ ਆ, ਫਿਰ ਇਹ ਗੱਲਬਾਤ ਕਿਵੇਂ ਹੋ ਗਈ ਹੈ, ਲਾਰੈਂਸ ਉੱਥੋਂ ਵੀਡੀਓ ਕਾਲ ਕਿਵੇਂ ਕਰ ਰਿਹਾ। ਹਾਲਾਂਕਿ ਲਾਰੈਂਸ ਦਾ ਪਹਿਲਾਂ ਵੀ ਦੋ ਤਿੰਨ ਵੀਡੀਓ ਕਾਲ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਸੀਗੀਆਂ ਜਿਹੜੀਆਂ ਕਿ ਇੱਕ ਨੈਸ਼ਨਲ ਟੀ ਵੀ ਚੈਨਲ 'ਤੇ ਕੀਤੀਆਂ ਸੀ ਉਹਨਾਂ ਨੇ, ਅਤੇ ਉਹਦੇ ਬਾਰੇ ਵੀ ਬੜੀ ਚਰਚਾ ਜਿਹੜੀ ਰਹੀ ਹੈਗੀ। ਪਰ ਉਹ ਮੰਨਿਆ ਜਾਂਦਾ ਸੀਗਾ ਵੀ ਚਲੋ ਉਹ ਤਾਂ ਇੰਡੀਆ ਦੇ ਵਿੱਚ ਹੀ ਜਿਹੜੀ ਕਾਲ ਹੋਈ ਆ, ਪਰ ਪਾਕਿਸਤਾਨ ਦੇ ਵਿੱਚ, ਔਰ ਪਾਕਿਸਤਾਨ ਜਿਹਨੂੰ ਕਿ ਅਸੀਂ ਦੁਸ਼ਮਣ ਦੇਸ਼ ਮੰਨਦੇ ਹਾਂ, ਉੱਥੋਂ ਦੇ ਜੁਰਮ ਦੇ ਜਿਹੜੇ ਵੱਡੇ ਨਾਮ ਨੇ, ਜਿਹੜੇ ਉੱਥੋਂ ਦੀ ਜੁਰਮ ਦੀ ਦੁਨੀਆ ਦੇ ਵੱਡੇ ਸਰਗਣੇ ਆ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਆ ਲਾਰੈਂਸ ਦੀ, ਸੋ ਇਹ ਬੜਾ ਕੁਝ ਇਹਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੈਗਾ। ਅਤੇ ਉੱਧਰ ਹੁਣ ਜਦੋਂ ਆਪਾਂ ਕਹਿ ਸਕਦੇ ਹਾਂ ਵੀ ਸ਼ਹਿਜਾਦ ਭੱਟੀ ਹੈ ਉਹਦੇ 'ਤੇ ਜਿਸ ਤਰ੍ਹਾਂ ਅਸੀਂ ਲਾਰੈਂਸ ਦੀ ਗੱਲ ਕਰਦੇ ਹਾਂ, ਅਤੇ ਪਾਕਿਸਤਾਨ ਦੇ ਵਿੱਚ ਵੀ ਪਾਕਿਸਤਾਨ ਵੀ ਸਾਨੂੰ ਉਸੇ ਨਜ਼ਰ ਨਾਲ ਦੇਖਦਾ ਜਿਵੇਂ ਅਸੀਂ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਦੀ ਨਜ਼ਰ ਨਾਲ ਦੇਖਦੇ ਹਾਂ। ਤੋ ਪਾਕਿਸਤਾਨ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਉਹਦੇ ਬਾਰੇ ਜਦੋਂ ਭੁੱਖ ਪੜਤਾਲ ਕੀਤੀ ਤਾਂ ਫਿਰ ਇਹ ਜਿਹੜਾ ਸ਼ਹਿਬਾਜ ਭੱਟੀ ਹੈ ਇਹਨੇ ਇੱਕ ਵੀਡੀਓ ਫਿਰ ਪਾਈ ਹੈਗੀ ਲੈਬ ਹੋ ਕੇ, ਕਿਹਾ ਕਿ ਇਹਦਾ ਤਾਂ ਸਿਰਫ ਜੀ ਇਹ ਤਾਂ ਉਹਨੂੰ ਲਾਰੈਂਸ ਦਾ ਫੋਨ ਆਇਆ ਸੀ ਅਤੇ ਫੋਨ ਦੇ ਉੱਪਰ ਉਹਨੇ ਗੱਲਬਾਤ ਕਰ ਲਈ ਹੈ, ਉਹਦਾ ਬਾਕੀ ਉਹਨਾਂ ਨੇ ਕਿਸੇ ਪਾਕਿਸਤਾਨ, ਭਾਰਤ ਜਾਂ ਕਿਸੇ ਹੋਰ ਅਦਾਰੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਸਿਰਫ ਅਤੇ ਸਿਰਫ ਇਹ ਜਿਹੜੀ ਕਹਿ ਸਕਦੇ ਹਾਂ ਵੀ ਉਹਨੂੰ ਫੋਨ ਕਾਲ ਆਈ ਹੈ ਵੀ ਉਹ ਈਦ ਦੀਆਂ ਮੁਬਾਰਕਾਂ ਦੇਣ ਵਾਸਤੇ ਆਈ ਆ। ਅਤੇ ਹੁਣ ਦੂਸਰੇ ਪਾਸੇ ਲਾਰੈਂਸ ਬਿਸ਼ਨੋਈ ਦੀ ਗੱਲ ਕਰਦੇ ਹਾਂ, ਲਾਰੈਂਸ ਬਿਸ਼ਨੋਈ ਜਿਹੜਾ ਕਿ ਸਿੱਧੂ ਮੂਸੇ ਵਾਲੇ ਕਤਲਕਾਂਡ ਦੇ ਵਿੱਚ ਮੁੱਖ ਸਰਗਣਾ, ਮੁੱਖ ਦੋਸ਼ੀ ਦੇ ਤੌਰ 'ਤੇ ਫੜਿਆ ਹੋਇਆ, ਅਤੇ ਇਹ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਪਹਿਲਾਂ, ਜਿੱਥੋਂ ਉਹ ਜਿਹੜੀਆਂ ਵੀਡੀਓ ਟੀ ਵੀ ਚੈਨਲ ਦੇ ਨਾਲ ਇਹਦੀ ਇੰਟਰਵਿਊ ਹੋਈ ਸਾਹਮਣੇ ਆਉਂਦੀ ਹੈ, ਪਰ ਉਸ ਤੋਂ ਬਾਅਦ ਇਹ ਉੱਥੋਂ ਸ਼ਿਫਟ ਕਰ ਦਿੱਤਾ ਗਿਆ। ਪਿਛਲੇ ਸਾਲ ਜੂਨ ਦੇ ਮਹੀਨੇ ਨੂੰ ਤਿਹਾੜ ਜੇਲ੍ਹ ਦੇ ਵਿੱਚ ਲੈ ਗਏ ਸੀ ਲਾਰੈਂਸ ਨੂੰ, ਅਤੇ ਉੱਥੇ ਕਿਹਾ ਜਾਂਦਾ ਵੀ ਸੁਰੱਖਿਆ ਕਾਰਨਾਂ ਕਰਕੇ ਲਾਰੈਂਸ ਨੂੰ ਉੱਥੇ ਲੈ ਕੇ ਗਏ ਸੀ। ਪਰ ਅਗਸਤ 2023 'ਚ ਲਾਰੈਂਸ ਬਿਸ਼ਨੋਈ ਦਾ ਇੱਕ ਜਿਹੜਾ ਪਾਕਿਸਤਾਨੀ ਕਨੈਕਸ਼ਨ ਹੈ ਪਾਕਿਸਤਾਨ ਦੇ ਨਾਲ ਉਹ ਸਾਹਮਣੇ ਆਇਆ ਸੀਗਾ, ਸੋ ਇਹ ਗੱਲ ਬਹੁਤੀ ਚਰਚਾ 'ਚ ਨਹੀਂ ਆਈ ਹੈਗੀ। ਹਾਲਾਂਕਿ ਇਹਦੇ ਵਿੱਚ ਦਰਅਸਲ ਜੇ ਗੱਲ ਕਰੀਏ ਤਾਂ ਸਤੰਬਰ 2022 ਦੇ ਵਿੱਚ ਗੁਜਰਾਤ ਦੀ ਜਿਹੜੀ ATS ਹੈ ਉਹਨੇ ਇੰਡੀਅਨ ਕੋਸਟ ਗਾਰਡ ਦੇ ਨਾਲ ਮਿਲ ਕੇ ਜਿਹੜਾ ਇੱਕ ਆਪਰੇਸ਼ਨ ਕੀਤਾ ਸੀਗਾ, ਜਿਹਦੇ ਵਿੱਚ ਜਿਹੜਾ ਗੁਜਰਾਤ ਦਾ ਕੱਛ ਜ਼ਿਲ੍ਹਾ ਹੈਗਾ ਉਹਦੀ ਜਖਾਊ ਬੰਦਰਗਾਹ ਦੇ ਉੱਪਰ ਇੱਕ ਪਾਕਿਸਤਾਨੀ ਕਿਸ਼ਤੀ ਆ ਜਿਹੜੀ ਉਹ ਫੜੀ ਸੀ, ਅਤੇ ਉਹਦੇ ਵਿੱਚੋਂ 195 ਕਰੋੜ ਦੀ 40 ਕਿਲੋ ਹੀਰੋਇਨ ਬਰਾਮਦ ਹੋਈ ਸੀਗੀ। ਸੋ ਇਹ ਦੇਖ ਲਓ ਬੜਾ ਵੱਡਾ ਨਸ਼ੇ ਦਾ ਕਰੈਕਟ ਆ, ਜਿਹੜਾ 200 ਕਰੋੜ ਰੁਪਈਏ ਦਾ ਤਕਰੀਬਨ ਇਹ ਨਸ਼ੇ ਦਾ ਖੇਪ ਸੀ ਜਿਹੜੀ ਉਸ ਕਿਸ਼ਤੀ 'ਚੋਂ ਫੜੀ ਗਈ ਸੀ, ਅਤੇ ਉਹ ਜਿਹੜੇ ਕਿਸ਼ਤੀ 'ਚੋਂ ਫੜੇ ਗਏ ਬੰਦੇ ਸੀ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਸੀ ਤਾਂ ਉਹਨਾਂ ਦੇ ਵਿੱਚ ਲਾਰੈਂਸ ਦਾ ਨਾਂ ਸਾਹਮਣੇ ਆਇਆ ਸੀ। ਉਹ ਕਹਿੰਦੇ ਸੀ ਵੀ ਲਾਰੈਂਸ ਦੇ ਨਾਲ ਉਹਨਾਂ ਦੇ ਤਾਰ ਆ ਜਿਹੜੇ ਜੁੜਦੇ ਹੈਗੇ, ਅਤੇ ਇਸੇ ਕਰਕੇ ਫਿਰ ਇਹਨੂੰ ਸਾਬਰਮਤੀ ਜੇਲ੍ਹ ਲੈ ਕੇ ਆਉਂਦਾ ਗਿਆ ਸੀਗਾ। ਸੋ ਇਹ ਮਾਮਲਾ ਐਡਾ ਵੱਡਾ ਉਦੋਂ ਮੰਨਿਆ ਜਾਂਦਾ ਸੀਗਾ ਵੀ ਸਿੱਧੂ ਮੂਸੇਵਾਲੇ ਕਤਲ ਕੇਸ ਤੋਂ ਵੀ ਕਿਤੇ ਵੱਡਾ ਇਸ ਮਾਮਲੇ ਨੂੰ ਮੰਨਿਆ ਗ੍ਰਹਿ ਮੰਤਰਾਲੇ ਨੇ, ਅਤੇ ਗ੍ਰਹਿ ਮੰਤਰਾਲੇ ਨੇ ਫਿਰ ਜਿਹੜਾ CRPC ਦੀ ਧਾਰਾ ਹੈਗੀ 268 ਉਹਨੂੰ ਰਿਵੋਕ ਕਰ ਦਿੱਤਾ ਗਿਆ ਸੀ, ਜਿਹਦੇ ਤਹਿਤ ਮਤਲਬ ਲਾਰੈਂਸ ਨੂੰ ਪੇਸ਼ੀ ਤੋਂ ਜਾਣ ਦੀ ਛੋਟ ਮਿਲ ਗਈ ਸੀਗੀ ਵੀ ਸਿੱਧੂ ਮੂਸੇਵਾਲੇ ਕਤਲ ਦੇ ਵਿੱਚ ਉਹ ਮਤਲਬ ਨਹੀਂ ਪੇਸ਼ੀ 'ਤੇ ਆਵੇਗਾ। ਸੋ ਅਹਿਮ ਕੇਸ ਸੀ ਜਿਹੜਾ ਟ੍ਰਾਇਲ ਦੇ ਬਾਵਜੂਦ ਵੀ ਇਹਨੂੰ ਪਾਕਿਸਤਾਨੀ ਕਨੈਕਸ਼ਨ ਜਿਹੜਾ ਦੇਖਦੇ ਹੋਏ ਦਾ, ਅਤੇ ਇਹਨੂੰ ਅਹਿਮਦਾਬਾਦ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀਗਾ। ਅਤੇ ਹੁਣ ਜਿੱਥੇ ਮਤਲਬ ਲਾਰੈਂਸ ਦੀ ਇਸ ਅਤੇ ਸ਼ਹਿਬਾਜ ਭੱਟੀ ਦੀ ਜਿਹੜੀ ਇਹ ਵੀਡੀਓ ਆਈ ਹੈ ਇਹਨੂੰ ਲੈ ਕੇ ਪੂਰੇ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ, ਉੱਥੇ ਪਾਕਿਸਤਾਨ ਦਾ ਸਿਆਸੀ ਮਾਹੌਲ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਇਸ ਮਾਮਲੇ ਨੂੰ। ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ
ਲਾਰੈਂਸ ਦੇ ਖਿਲਾਫ਼ ਕੀ ਕਾਰਵਾਈ ਕਰਦੇ ਆ, ਜਾਂ ਪਾਕਿਸਤਾਨ ਦੇ ਵਿੱਚ ਜਿਹੜਾ ਸਹਿਬਾਜ਼ ਭੱਟੀ ਆ ਜਾਂ ਜਿਹੜਾ ਫਰੂਕ ਖੋਖਰ ਆ ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਹੁੰਦੀ ਹੈਗੀ। ਸੋ ਇਹ ਮਾਮਲਾ ਕਾਫ਼ੀ ਗੰਭੀਰ ਬਣ ਚੁੱਕਿਆ ਹੈਗਾ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਇਹ ਮਾਮਲਾ ਕਿਸ ਪਾਸੇ ਜਾਂਦਾ, ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਆ, ਜਿਹੜੀ ਭਾਰਤ ਦੀ ਸੁਰੱਖਿਆ ਏਜੰਸੀਆਂ ਕਿਸ ਤਰ੍ਹਾਂ ਦੀ ਕਾਰਵਾਈ ਕਰਦੀਆਂ ਨੇ ਅਤੇ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਕਿਸ ਤਰ੍ਹਾਂ ਕਾਰਵਾਈ ਕਰਦੀਆਂ ਨੇ। ਹਾਲਾਂਕਿ ਲਾਰੈਂਸ ਦਾ ਜਿਹੜਾ ਇਹ ਪਾਕਿਸਤਾਨੀ ਸਰਗਣਿਆਂ ਦੇ ਨਾਲ ਇੱਕ ਗੱਠਜੋੜ ਹੈ ਜਿਹੜਾ ਕਿ ਸਾਹਮਣੇ ਆਇਆ, ਹੁਣ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਿਆ, ਇਹ ਇੱਕ ਬਹੁਤ ਸੰਗੀਨ ਮਾਮਲਾ ਮੰਨਿਆ ਜਾਂਦਾ ਗਾ। ਸੋ ਤੁਸੀਂ ਇਸੇ ਤਰ੍ਹਾਂ ਦੀਆਂ ਖਬਰਾਂ ਦੀ ਖਬਰ ਦੇਖਣ ਦੇ ਲਈ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।